ਸਤਿ ਸ਼੍ਰੀ ਅਕਾਲ ਪੰਜਾਬੀਓ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਅੱਜ ਆਪਾਂ ਰਿਵਿਊ ਕਰਾਂਗੇ ਸ਼੍ਰੀ ਰਾਮ 272 ਵੈਰਾਈਟੀ ਦਾ ਆਹ ਜਿਹੜੀ ਤੁਸੀਂ ਬਜਾਈ ਦੇਖਦੇ ਆ ਨਾ ਕਣਕ ਦੇਖਦੇ ਆ ਇਹ ਹੈਗੀ ਆ 28 ਅਕਤੂਬਰ ਦੀ ਅੱਜ ਤਰੀਕ ਹੈਗੀ ਆ 27 ਦਸੰਬਰ ਤਕਰੀਬ ਨੇ 60 ਕ ਦਿਨਾਂ ਦੀ ਕਣਕ ਆਪਣੀ ਦੇਖੋ ਆ ਜਿਹੜੀ ਬਾਅਦ ਵਿੱਚ ਉੱਗੀ ਆ ਠੀਕ ਆ ਇਹ ਵੀ ਫੁੱਲ ਪੂਰਾ ਨੇ ਨੇ ਕਵਰ ਕਰ ਲਿਆ ਖੇਤ ਇਹ ਪੂਰੇ ਮੰਨ ਕੇ ਚਲੋ ਆ 60 ਦਿਨ ਦੀ ਆ ਉਹ ਵਿਚ ਵਿਚ ਹੈਗੀ ਆ 40 ਕ ਦਿਨ ਦੀ ਵਿਚ ਵਿਚ ਹੈਗੀ 30 ਕ ਦਿਨ ਦੀ ਹੌਲੀ ਹੌਲੀ ਹੈ ਨਾ ਜੰਮੀ ਆ ਸਾਰਾ ਭਰ ਗਏ ਖੇਤ ਹੈ ਨਾ ਇਹਦੇ ਵਿੱਚ ਤੁਹਾਨੂੰ ਦੱਸ ਦਾਂ ਕਿਆ ਪਾਇਆ ਪਹਿਲੀ ਗੱਲ ਆ ਹਨਾ ਕੇਨੀ ਸੋਹਣੀ ਕਾਤੇ ਆ ਦੇਖੋ ਤਾਂ ਸਹੀ ਯਾਰ ਮਨ ਖੁਸ਼ ਹੋ ਜਾਂਦਾ ਇਕਣਾ ਦੇਖ ਕੇ ਲੋ ਫਟਾਰਾ ਦੇਖੋ ਇਹਦਾ 26 ਜੀਰੀ ਜਿੰਨਾ ਫਟਾਰਾ ਨੋ ਹੁਣ ਪਾਇਆ ਕਿਆ ਇਹਦੇ ਵਿੱਚ ਠੀਕ ਹੈ ਜੀ ਸਿਰਫ ਤੇ ਸਿਰਫ ਇਹਦੇ ਵਿੱਚ ਡੇਢ ਥੈਲਾ ਪਿਆਜ ਜੂਰੀਏ ਦਾ 5 ਕਿਲੋ ਪਾਈ ਹੈ ਇਹਦੇ ਵਿੱਚ ਸਲਫਰ 5 ਕਿਲੋ ਪਾਈ ਹੈ ਇਹਦੇ ਵਿੱਚ ਰੀਜੈਂਟ ਬਸ ਕਿਉਂਕਿ ਹੁਣ ਦੁਬਾਰੇ ਫੇਰ ਆਪਾਂ ਨੇ ਪਾਉਣਾ ਹੈ ਨਾ ਯੂਰੀਆ ਦੂਏ ਪਾਣੀ ਤੇ ਬਾਅਦ ਤਾਂ ਹੀ ਮੈਂ ਤੁਹਾਨੂੰ ਕਹਿਣਾ ਹੁੰਨਾ ਅੱਧਾ ਪਹਿਲਾਂ ਪਾਓ ਥੈਲਾ ਅੱਧਾ ਬਾਅਦ ਵਿੱਚ ਪਾਓ ਕਿ ਲੱਗਣਾ ਤਾਂ 15 ਕਿਲੋ ਹੈ ਥੋੜਾ ਠੀਕ ਹੈ ਜੀ 10 ਲੱਗ ਜੂ 15 ਕਿਲੋ ਲੱਗ ਜੂ ਬਾਲ ਤੋਂ ਚਾਹੇ ਦੋ ਥੈਲੇ ਪਾ ਦੋ ਚਾਹੇ ਕਪੈਸਿਟੀ ਹੁੰਦੀ ਆ ਯਾਰ ਇੱਕ ਚੀਜ਼ ਦੀ ਹਨਾ ਅਬਜ਼ੌਰਬ ਕਰਨ ਦੀ ਇੱਕ ਚੀਜ਼ ਦੀ ਹੈ ਨਾ ਖਾਣ ਦੀ ਤਤ ਲੈਣ ਦੀ ਜਿੱਦਾਂ ਆਪਣੀ ਕਪੈਸਿਟੀ ਹੁੰਦੀ ਆ ਕਿਸੇ ਦੀ 10 ਰੋਟੀਆਂ ਕਿਸੇ ਦੀ ਪੰਜ ਕਿਸੇ ਦੀਆਂ ਤਿੰਨ ਉਦਾਂ ਫਸਲ ਦਾ ਵੀ ਉਹੀ ਕੰਮ ਆ ਨਾਈਟ੍ਰੋਜਨ ਦੀ ਕਪੈਸਿਟੀ ਆ ਕਣਕ ਦੀ ਹੁਣ ਕਰਨ ਨੂੰ ਪਾਉਣ ਨੂੰ ਪਿੰਨਾ ਮਰਜ਼ੀ ਪਾ ਦੋ ਹੁਣ ਤੁਹਾਨੂੰ ਦੱਸਦਾ ਪਹਿਲੇ ਰੇਤ ਪਹਿਲਾਂ ਤਾਂ ਆਪਣੇ ਪਾਣੀ ਕਿੱਤਾ ਲਾਇਆ 7ਵੇਂ ਦਿਨ ਹਨਾ ਉਹਤੇ ਬਾਅਦ ਵੀ ਕੁਝ ਨਹੀਂ ਤਾਂ ਪਾਇਆ ਪਹਿਲਾਂ ਦੂਏ ਪਾਣੀ ਆਪਣਾ ਪਾਣੀ ਲਾਉਣ ਤੇ ਬਾਅਦ ਆਪਾਂ ਨੇ ਅੱਧਾ ਥੈਲਾ ਪਾਇਆ ਜੂਰੀਏ ਦਾ ਨਾਲ ਉਹਦੇ ਸੰਕੋਰ ਪਾਈ ਹੈਨਾ ਥੋੜੀ ਜੀ ਗਿੱਲ ਲੋਟ ਨਹੀਂ ਸੀ ਹੈਗੀ ਹੈਨਾ ਥੋੜਾ ਸੁੱਕ ਗਿਆ ਤਾਂ ਸੰਕੋਰ ਨੇ ਕੰਮ ਨਹੀਂ ਕਰਿਆ ਕੋਈ ਵੀ ਹੈਨਾ ਉਹ ਫੇਲ ਹੋ ਗਿਆ ਆਪਣਾ ਕੰਮ ਉਹਤੇ ਬਾਅਦ ਵਿੱਚ ਦੂਆ ਪਾਣੀ ਲਾਇਆ ਉਹਤੇ ਪਹਿਲਾਂ ਆਪਾਂ ਨੇ ਅੱਧਾ ਥੈਲਾ ਪਾਇਆ ਨਾਲ ਆਹ ਸਮਾਨ ਰਲਾ ਕੇ ਮੰਨ ਕੇ ਚੱਲੋ ਸੰਕੋਰ ਵਾਲੇ ਚ ਥੈਲਾ ਕ ਪਾਤਾ ਇਹਦੇ ਚ ਅੱਧਾ ਕ ਥੈਲਾ ਪਾਤਾ ਡੇਢ ਕ ਥੈਲਾ ਥੈਲਾ ਇੰਨੇ ਕ ਦੇ ਵਿੱਚ ਆਪਣੀ ਇਹ ਕਣਕ ਹੋਈ ਵੀ ਆ ਝੂਠ ਨਹੀਂ ਬੋਲਣਾ ਬਿਲਕੁਲ ਵੀ ਡੇਢ ਕ ਥੈਲਾ ਸਵਾ ਕ ਥੈਲਾ ਇਹਦੇ ਚ ਪਿਆ ਵਾ ਆ ਦੇਖੋ ਤੁਹਾਡੇ ਸਾਹਮਣੇ ਆ ਰੀਜੈਂਟ ਦਾ ਬਹੁਤ ਜ਼ਿਆਦਾ ਫਾਇਦਾ ਜੇ ਤੁਸੀਂ ਪਾਉਨੇ ਆ ਅਬਲਾ ਪਾਉ ਨਾ ਖਰਚੇ ਦਾ ਘਰ ਆ ਜਾਦਾ ਤੁਸੀਂ ਸਲਫਰ ਕਿੰਨੀ ਜ਼ਿਆਦਾ ਧਿਆਨ ਦਇਆ ਕਰੋ ਸਲਫਰ ਦੇ ਫਾਇਦੇ ਇਹ ਆ ਕਿ ਇੱਕ ਤਾਂ ਪਾਣੀ ਖਾਨ ਲੱਗ ਜਾਂਦਾ ਖੇਤ ਉੱਪਰ ਤੇ ਆਪਾਂ ਜੀਰੀ ਦੇ ਵਿੱਚ ਸਲਫਰ ਪਾਉਂਦੇ ਨਹੀਂ ਸਲਫਰ ਆਪਾਂ ਜ਼ਿੰਕੇ ਜ਼ਿਆਦਾ ਪਾਉਨੇ ਆ ਨਾ ਇਹਦੇ ਸਲਫਰ ਸਲਫਰ ਪਾ ਦਿਓ ਕਣਕ ਚ ਜੀਰੀ ਚ ਜ਼ਿੰਕ ਪਾ ਦਿਓ ਆਪਣਾ ਸਾਲ ਦਾ ਕੰਮ ਪੂਰਾ ਹੋ ਜਾਂਦਾ ਬਾਕੀ 19 19 ਹੋਈ ਵੀ ਇਹਦੇ ਤੇ 19 19 ਅੱਧਾ ਕਿਲੋ ਮੈਗਨੀਜ਼ ਅੱਧਾ ਕਿਲੋ ਠੀਕ ਹੈ ਜੀ ਆਰ ਹੋਰ ਆਪਾਂ ਨੇ ਪਾਇਆ ਤਾਂ ਅੱਧੀ ਸਿਸ਼ੀ ਨੈਨੋ ਜੂਰੀਆ ਦੀ ਨੈਨੋ ਜੂਰੀਆ ਫालतू ਪਿਆ দাও ਤਾਂ ਪਾਤਾ ਨਹੀਂ ਜੂਰੀਆ ਪਾ ਸਕਦੇ ਉਹਦੇ ਬਦਲ ਦੇ ਵਿੱਚ ਤਕਰੀਬਨ 3-4 ਕਿਲੋ ਪਾ ਦਿਓ ਕਿਲੇ ਦਾ ਵੱਧ ਪਾ ਦਿਓ ਚਾਹੇ 10 ਕਿਲੋ ਪਾ ਦਿਓ ਕੋਈ ਚੱਕਰ ਨਹੀਂ ਜੂਰੀਆ 19-19 ਦੇ ਨਾਲ ਤੇ ਇਹ 0.5534 ਕਰਦੇ ਉਹਦੇ ਵਰਗੀ ਤਾਂ ਮੁਕਾਬਲਾ ਹੀ ਨਹੀਂ ਕੋਈ 19-19 ਦੀ ਜਗਾ ਦੇਖੋ ਸ਼੍ਰੀ ਰਾਮ ਬਹੁਤ ਜ਼ਿਆਦਾ ਯਾਰ ਫਟਾਰਾ ਕਰਦੀ ਹੈ ਤਾਂ ਹੀ ਇਹਦੀ ਹਾਈਪ ਬਹੁਤ ਜ਼ਿਆਦਾ ਬੀਜਦੀ तकरीबन ਮੇਰੇ ਅਸਾਬ ਨਾਲ 2500 ਰੁਪਏ ਬਾਈ ਨੇਮ ਹਨਾ ਥੈਲੀ ਆਪਾਂ ਨੂੰ ਮਿਲੀ ਆਕਤੀ ਆਹ ਹੈ ਰਿਜ਼ਲਟ ਬਾਕੀ ਝਾੜ ਪਰ ਦੇਖਦੇ ਆ ਮੌਸਮ ਨੇ ਦੇਣਾ ਮੌਸਮ ਬਹੁਤ ਸੋਹਣਾ ਹੈ ਵਧੀਆ ਠੰਡ ਪੈਂਦੀ ਆ ਹੋਰ ਜ਼ਿਆਦਾ ਠੰਡ ਪਵੇ ਤਾਂ ਝਾੜ ਆਪਣੇ ਆਪ ਹੀ ਆਉਣਗੇ ਜੇ ਠੰਡ ਫਰਵਰੀ ਮਾਰਚ ਥਹੀਂ ਪੈ ਗਈ ਮਾਰਚ ਥਹੀਂ ਐਂਡ ਮਾਰਚ ਤੱਕ ਠੰਡ ਪੈ ਗਈ ਤਾਂ ਬਹਿ ਜਾ ਬਹਿ ਜਾ ਵਧੀਆ ਝਾੜ ਮਿਲਣਗੇ ਜੇ ਹਾਂ ਫਰਵਰੀ ਦੇ ਵਿੱਚੇ ਮੁੱਕ ਗਈ ਠੰਡ ਫੇਰ ਭਾਈ ਝਾੜ ਝੂੜ ਦੀ ਸੁਭਾਵਨਾ ਘਟਾ ਮਾੜੇ ਮੋٹے ਹਨਾ ਕਿ ਜਿਨ੍ਹਾਂ ਨੇ ਜ਼ਿਆਦਾ ਵਧੀਆ ਸੇਵਾ ਕਰੀ ਵੀ ਉਹਨਾਂ ਦੇ ਆਉਣਗੇ ਜਿਨ੍ਹਾਂ ਦੀ ਥੋੜੀ ਜਿਹੀ ਸੇਵਾ ਘਟਾ ਉਹਨਾਂ ਦੇ ਨਾਰਮਲ ਜਿਹਾ ਝਾੜ ਆਉਣਗੇ ਜੂਰੀਏ ਦੀ ਘਾਟ ਨਾ ਰੱਖੋ 10ਵੇਂ ਦਿਨ ਜੂਰੀਆ ਪਾਈ ਚੱਲੋ ਜਦ ਤੱਕ ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਇਹਨ ਪੂਰਾ ਵਧੀਆ ਹੋ ਗਈ ਕਣਕ 10ਵੇਂ ਦਿਨ ਪਾਣੀ ਪਾਣਾ ਜੂਰੀਆ ਮੰਨ ਕੇ ਚਲੋ ਔਰ ਪਾਣੀ ਲਾਓ ਚੈਹ ਨਾ ਲਾਓ ਨਾਈਟrogen ਦੀ ਬਹੁਤ ਜ਼ਿਆਦਾ ਲੋਡ ਆ ਕਣਕ ਨੂੰ ਇਹ ਨਹੀਂ ਹੈਗਾ ਕਿ ਇਕੱਠਾ ਹੀ ਨਿਵੇੜ ਦੋ ਦੋ ਤਿੰਨ ਤਿੰਨ ਥੱਲੇ ਪਾ ਕੇ ਚੱਲ ਮੇਰੇ ਭਾਈ ਕਿਉਂਕਿ 10 ਦਿਨ ਬਸ ਕੰਮ ਕਰਨਾ ਚੂਰੀਏ ਨੂੰ ਜਿਹੜਾ ਪਾਤਾ ਇੱਕ ਵਾਰ ਤੁਸੀਂ ਮੁੜ ਕੇ ਕੰਮ ਨਹੀਂ ਕਰਨਾ ਹੈਗਾ ਹਰੇਕ ਬਲੌਗ ਦੇ ਵਿੱਚ ਮੈਂ ਕਹਿਣਾ ਹੁੰਦਾ ਕਿ ਤੁਸੀਂ ਢਾਈ ਵੱਲ ਕੱਟ ਭੱਜੇ ਕਰੋ ਡਾਇਵਲ ਬਹੁਤ ਜ਼ਿਆਦਾ ਭੱਜਦੇ ਆ ਕਈ ਬੰਦੇ ਯਾਰ ਡਾਇ ਦੀ ਜਗ੍ਹਾ ਯਾਰ ਤੁਸੀਂ ਐਨਪੀਕੇ ਕਰ ਦੋ ਬਹੁਤ ਸਸਤੀ ਪੈਂਦੀ ਆ ਭਰਾਵੋ ਮੈਂ ਕਿਹੜੇ ਕੋਈ ਦਵਾਈ ਵੇਚਣ ਵਾਲਾ ਜਾਂ ਮੈਂ ਸੁਸਾਇਟੀ ਚ ਲੱਗਿਆ ਮੈਂ ਕਿ ਮੈਨੂੰ ਕੋਈ ਪ੍ਰੋਫਿਟ ਆਊਗਾ ਮੈਂ ਵੀ ਕਿਸਾਨ ਆ ਇੱਕ ਡਾਇਵਲ ਕੱਟ ਭੱਜੇ ਕਰੋ 12 32 16 ਪਾਇਆ ਵਾ ਸਿਰਫ ਇੱਕ ਥੈਲਾ 1400 50 ਪਤਨੀ 70 ਰੇਟ ਦਾ ਠੀਕ ਹੈ ਜੀ ਗਾਹਾਂ ਨੂੰ ਮੈਂ ਤਾਂ ਪਾਇਓ ਨਹੀਂ ਕਰਨਾ ਪਰ ਆ ਬੋ ਘੱਟ ਕਰੇ ਕਰਨਾ ਆਪਾਂ ਨੇ ਤਾਂ ਅੱਧਾ ਹੀ ਥੈਲਾ ਪਾਇਏਗਾ ਨਾ ਡਾਏ ਦਾ ਜੇ ਡਾਇਆ ਮਿਲਣ ਲੱਗ ਗਿਆ ਆਪਣਾ ਸਰਕਾਰਾਂ ਵਧੀਆਂ ਆਪਣੀਆਂ ਇੰਡੀਆ ਦੀਆਂ ਚੀਜ਼ਾਂ ਉਪਲਬਧ ਹੁੰਦੀਆਂ ਨੇ ਉਹਨਾਂ ਜੂਰੀਏ ਪਿੱਛੇ ੜੜ ਪਿਆ ਵਾ ਸਾਰਿਆਂ ਦਾ ਮੈਂ ਵੀ ਮੰਗਵਾਇਆ ਵਾ ਸਰਕਾਰਾਂ ਕੰਮ ਦੀਆਂ ਆਪਣੀਆਂ ਪੈਸੇ ਨੂੰ ਵੀ ਚੀਜ਼ ਨਹੀਂ ਮਿਲਦੀ ਠੀਕ ਹੈ ਜੀ ਐਨਪੀਕੇ ਕਰ ਲੈ ਕਰੋ ਐਨਪੀਕੇ ਦਾ ਬਹੁਤ ਜ਼ਿਆਦਾ ਫਾਇਦੇ ਆ ਤੁਸੀਂ ਸਪਰੇਅ ਕਰੇ ਕਰੋ ਯਾਰ ਥੱਲੇ ਚੀਜ਼ ਘੱਟ ਪਾਏ ਕਰੋ ਸਪਰੇਅ ਕਰੇ ਕਰੋ ਬਹੁਤ ਸਸhtੀਆਂ ਪੈਣੀਆਂ ਸਪਰੇਆ ਚਲੇਟਡ ਜ਼ਿੰਕ ਪਾ ਦਿਓ ਵਿੱਚ ਸਲਫਰ ਪਾ ਦਿਓ ਹਨਾ ਐਨਪੀਕੇ ਪਾ ਦਿਓ ਯੂਰੀਆ ਪਾ ਦਿਓ ਮਿਕਸ ਕਰਕੇ ਚੱਕ ਦੋ ਕੰਮ ਨੂੰ ਨਾਲ ਹਰਬੀਸਾਈਡ ਨਾ ਪਾਓ ਨਿਊਟ੍ਰੀਸ਼ਨ ਵਾਲੀ ਸਪਰੇਅ ਦੇ ਵਿੱਚ ਹਰਬੀਸਾਈਡ ਨਾ ਪਾਓ ਫੰਗੀਸਾਈਡ ਨਾ ਪਾਓ ਫੰਗੀਸਾਈਡ علیحد ਦੇ ਹੋਣ ਕਿ ਹਰਬੀਸਾਈਡ علیحد ਦੇ ਹੋਣ ਕਿ ਨਿਊਟ੍ਰੀਸ਼ਨ ਵਾਲੇ ਇਕੱਠੇ ਕਰ ਸਕਦੇ ਆ ਕੋਈ ਚੱਕਰ ਨਹੀਂ ਹੈਗਾ ਕੋਈ ਚੱਕਰ ਨਹੀਂ ਹੈਗਾ ਬਹੁਤ ਸੋਹਣੀ ਹਰੀ ਪਈਆਂ ਕਚੂਰਵਰ ਬਲੈਕ ਕਲਰ ਤੇ ਜਿਵੇਂ ਕਹਨੇ ਹੁੰਨੇ ਆ ਕਿ ਥੋੜਾ ਜਿਹਾ ਗਾੜੇ ਰੰਗ ਦਾ ਹਰਾ ਰੰਗ ਹੈ ਇਹਦਾ ਕਾਲੇ ਜਿਹੇ ਟਾਇਰ ਪਰ ਥੋੜਾ ਜਿਹਾ ਹੁੰਨੇਰਾ ਹੋਣੇ ਵਾਲਾ ਹੋ ਗਿਆ ਤਾਂ ਕਰਕੇ ਆਪਾਂ ਨੂੰ ਲੱਗਦਾ ਬਹੁਤ ਵਧੀਆ ਯਾਰ ਇਹ ਚ ਨਾ ਹਰਾ ਦੀ ਮਾਤਰਾ ਜ਼ਿਆਦਾ ਹੈ ਆ ਬੀਜ ਦੇ ਵਿੱਚ ਜਿਹੜਾ ਸ਼੍ਰੀ ਰਾਮ 272 ਹਰਿਆਈ ਬਹੁਤ ਚੰਗੀ ਤਰ੍ਹਾਂ ਮਾਰਦਿਆ ਪਿਲਕ ਬਹੁ ਘੱਟ ਜਿੱਥੇ ਨਾ ਬਾਈ ਥੋੜਾ ਸੇਮ ਵਾਲਾ ਏਰੀਆ ਜਾਂ ਤੁਹਾਡੇ ਪਾਣੀ ਘੱਟ ਖਾਂਦੀ ਆ ਹਨਾ ਜਾਂ ਤੁਹਾਡੀ ਡੱਕ ਲੱਗਦੀ ਹੈ ਨਹਿਰ ਦੀ ਐਸਬੀਐਲ ਹੋਗੀ ਜਾਂ ਦਹੋਰ ਨਹਿਰਾਂ ਹੋਗੀਆਂ ਉੱਥੇ ਤੁਸੀਂ ਸ਼੍ਰੀ ਰਾਮ 272 ਵੀ ਸਕਦੇ ਆ ਹੋਰ ਬ੍ਰੈਡੀਆਂ ਨਾਲੋਂ ਪਾਣੀ ਦੀ আর ਹੀਟ ਹਨਾ ਸਟ੍ਰੈਸ ਵਿੱਚ ਨਹੀਂ ਆਉਂਦੀ ਫਸਲ ਚਾਹੇ ਪਾਣੀ ਵੱਧ ਖੜ ਗਿਆ ਚਾਹੇ ਤੁਹਾਡੇ ਤਾਪਮਾਨ ਉੱਚ ਡਿਗਰੀ ਦਾ ਹੋ ਗਿਆ ਹੁਣ ਤੱਕਰ ਤਾਂ ਠੀਕ ਆ ਕੱਲ ਨੂੰ ਕਹਿ ਨਹੀਂ ਸਕਦੇ ਅਸਲੀ ਰਿਵਿਊ ਆ ਕੋਈ ਫੇਕ ਗੱਲ ਨਹੀਂ ਕੋਈ ਗੱਪ ਨਹੀਂ ਹੈਗੀ ਕੋਈ ਕੁਝ ਨਹੀਂ ਹੈਨਾ ਜਦੋਂ ਨਾ ਆ ਚੀਜ਼ ਹੋਈ ਸੀ ਹੈਨਾ ਇਕਣਾ ਸਟੈਪ ਬਾਈ ਸਟੈਪ ਜਿਹਾ ਹੈਨਾ ਸੁਪਰਸੀਡਰ ਨੇ ਕਹਦਾ ਮਨ ਤਾਂ ਇੱਕ ਵਾਰ ਤੰਗ ਹੋਇਆ ਤਾਂ ਹੈਨਾ ਬਹੁਤ ਹੋਰੇ ਤਰ੍ਹਾਂ ਹੋ ਗਿਆ ਤਾਂ ਹੈਨਾ ਸਰੀਰ ਕਿਰ ਕਿਆ ਬਣੂ ਕਿਆ ਬਣੂ ਪਰ ਹਿੰਮਤ ਨਹੀਂ ਹਾਰੀ ਤਾਂ ਆਪਾਂ ਨੇ ਐਨਪੀਕੇ ਕਰਾਈ ਹੈਨਾ ਜਾਂ ਆਪਾਂ ਨੇ ਸੇਵਾ ਵਧੀਆ ਕਰੀ ਇਹਦੀ ਸੇਵਾ ਖਰਚੇ ਵੱਲੋਂ ਸੇਵਾ ਨਹੀਂ ਜ਼ਿਆਦਾ ਉਦਾਂ ਹਨਾ ਕਿ ਪਾਣੀ ਵਧੀਆ ਤਰੀਕੇ ਨਾਲ ਲਾਇਆ ਔਰ ਥੋੜਾ ਜਿਹਾ ਹਨਾ ਜੂਰੀਆ ਦੋ ਟਾਈਮ ਪਾਇਆ ਥੋੜੀ ਜਿਹੀ ਖੇਚੜਦਾ ਹੋ ਜਾਂਦੀ ਆ ਪਹਿਲਾਂ ਪਾਉਣਾ ਪੈਂਦਾ ਬਾਅਦ ਚ ਪਾਉਣਾ ਪੈਂਦਾ ਇਹ ਨਹੀਂ ਕਿ ਇੱਕ ਵਾਰ ਨਵੇੜਤਾ ਪਰ ਹੁਣ ਖੁਸ਼ੀ ਖੁਸ਼ੀ ਹੁੰਦੀ ਆ ਦੇਖ ਕੇ ਫਸਲ ਜੱਟ ਦੀ ਤਾਂ ਇਹੀ ਹਨਾ ਸਾਰਾ ਕੁਝ ਆ 6 ਮਹੀਨੇ ਬਾਅਦ ਪੈਸੇ ਆਉਣੇ ਆ ਆਪਾਂ ਕਿਹੜੇ ਸਰਕਾਰੀ ਨੌਕਰੀ ਵਾਲੇ ਆ ਜਾਂ ਸਾਡੇ ਬਾਹਰ ਗਿਆ ਵਾ ਕੋਈ ਹਨਾ ਅਮਰੀਕਾ ਕੈਨੇਡਾ ਫਰਾਂਸ ਇੰਗਲੈਂਡ ਸਾਡੇ ਤਾਂ ਆਹੀ ਖੋਸਾ ਇਹਨੇ ਸਾਨੂੰ ਬੇੜਾ ਪਾਰ ਸਾਡਾ ਇਹਨੇ ਲੰਗਾਉਣਾ ਹੈ ਇਹਨੇ ਆਪਾਂ ਨੂੰ ਡੋਬਣਾ ਠੀਕ ਹੈ ਜੀ ਸਪਰੇਹਾਂ ਵੱਲ ਜਿਆਦਾ ਧਿਆਨ ਦੇ ਕਰੋ ਜਿਹੜੀਆਂ ਨਿਊਟ੍ਰੀਸ਼ਨ ਦੀਆਂ ਹੁੰਦੀਆਂ ਥੱਲੇ ਪਾਉਣ ਦੀ ਕੋਸ਼ਿਸ਼ ਘੱਟ ਕਰੇ ਕਰੋ ਠੀਕ ਹੈ ਜੀ ਸਸਤੀਆਂ ਪੈਣੀਆਂ ਗੱਲ ਤਾਂ ਇਹ ਹੁੰਦੀ ਆ ਕਿ ਪੈਸਾ ਕਿੱਥੇ ਦੇ ਬਚਾਈਏ ਕਈ ਬੰਦੇ ਕਹਿੰਦੇ ਹਨ ਕਿ ਬਾਈ ਅਗੇਤਾ ਪਾਣੀ ਨਾ ਲਾਓ ਕਣਕ ਨੂੰ ਹਨਾ ਤੁਹਾਡੇ ਸਾਹਮਣੇ ਇਹਨੂੰ ਬਲੌਗ ਵੀ ਪਾਏ ਆ ਪਿੱਛੇ ਹਨਾ ਅਗੇਤਾ ਪਾਣੀ ਲੱਗਿਆ ਵਾ ਕੋਈ ਚੱਕਰ ਨਹੀਂ ਹੁੰਦਾ ਪਾਣੀ ਲਾਉਣ ਦਾ ਢੰਗ ਤਰੀਕਾ ਹੋਣਾ ਚਾਹੀਦਾ ਕਿ ਪਾਣੀ ਬਹੁਤਾ ਚਿਰ ਨਾ ਖੜੇ ਕੋਈ ਚੱਕਰ ਨਹੀਂ ਚਾਹੀ ਮੈਂ ਕਹਿੰਦਾ 10 ਦਿਨ ਬਾਅਦ ਪਾਣੀ ਲਾ ਦਵੇ ਬੰਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਪਸਾਇਓ ਆ ਕਿ ਗੁੱਲੀ ਡੰਡਾ ਥੋੜਾ ਜਿਹਾ ਨਾ ਰਲ ਜਾਂਦਾ ਕਣਕ ਦੇ ਜਦੋਂ ਆਪਾਂ 20 ਮਹੀਨੇ ਦਿਨ ਲਾਉਨੇ ਆ ਹਨਾ ਜਾਂ 25 ਮਹੀਨੇ ਦਿਨ ਪਾਣੀ ਲਾਉਨੇ ਆ ਗੁੱਲੀ ਡੰਡਾ ਫਿਰ ਜੰਮਣਾ ਸਟਾਰਟ ਹੁੰਦਾ ਨੇ ਇਹਨੂੰ ਕਣਕ ਉੱਪਰ ਲੰਘ ਜਾਂਦੀ ਆ ਦਬ ਬਲੰਦੀ ਆ ਆ ਚੱਕਰ ਵਾਈ ਹੁੰਦੀ ਆ ਨੂੰ ਸਾਰਾ ਕੁਝ ਠੀਕ ਆ ਵਧੀਆ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਠੀਕ ਆ ਜੀ ਧੰਨਵਾਦ ਜੀ ਲਵ ਯੂ